ਨਵੇਂ ਕਾਨੂੰਨ ਹਿੱਟ ਐਂਡ ਰਨ ਨੂੰ ਲੈ ਕੇ ਟਰੱਕ ਡਰਾਈਵਰਾਂ ਵੱਲੋਂ ਲਗਾਤਾਰ ਰੋਸ ਜਤਾਇਆ ਜਾ ਰਿਹਾ ਹੈ, ਜਿਸ ਦੇ ਕਾਰਨ ਪੈਟਰੋਲ ਪੰਪਾਂ ਤੇ ਆਮ ਜਨਤਾ ਦੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਗੁਰਦਾਸਪੁਰ ਦੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਬੱਬਰੀ ਬਾਈਪਾਸ ਤੇ ਟਰੱਕ ਡਰਾਈਵਰਾਂ ਵੱਲੋਂ ਨਵੇਂ ਕਾਨੂੰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਟਰੱਕ ਡਰਾਈਵਰਾਂ ਨੇ ਆਮ ਲੋਕਾਂ ਨੂੰ ਵੀ ਡਰਾਈਵਰਾਂ ਦੇ ਹੱਕ ਦੇ ਵਿੱਚ ਖੜੇ ਹੋਣ ਦੀ ਅਪੀਲ ਕੀਤੀ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਨਾਮ ਮੇਰਾ ਦਵਿੰਦਰ ਸਿੰਘ ਆ। ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ। ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ, ਕੋਈ ਗੰਨਾ ਲੈ ਕੇ ਜਾਣਾ ਉਹ ਵੀ ਵਿੱਚ ਆਉਂਦਾ ਵਾ, ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ। ਇਹਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕੁ ਸਾਫ਼ ਨੇ, ਉਹਦੇ ਵਿੱਚ ਇਹ ਆ ਵੀ ਗਲਤੀ ਕਿਸੇ ਦੀ ਹੁੰਦੀ, ਸਜ਼ਾ ਕਿਸੇ ਨੂੰ ਮਿਲਦੀ ਆ। ਜੇ ਕੋਈ ਗੱਡੀ ਜਾਣ ਕੇ ਵੱਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਰ ਗਿਆ, ਇਹਦੇ ਵਿੱਚ ਇਨਸਾਫ਼ ਕੋਈ ਨਹੀਂ ਹੁੰਦਾ। ਧਰਨਾ ਲੱਗੂਗਾ ਲੰਮੇ ਸਮੇਂ ਵਾਸਤੇ, ਅਣਮਿੱਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟਾਂ ਬੰਦ, ਆ ਰੋਡ ਜਾਮ ਕਰਾਂਗੇ। ਦੀਪ ਜੀ ਭਾਅ ਜੀ, ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ, 5 ਸਾਲ ਦੀ ਕੈਦ ਵਾ ਜੀ। ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਭੁਗਤਾ, ਨਾ ਇਹਨਾਂ ਨੇ ਮੌਕੇ 'ਤੇ ਬੇਲ ਦੇਣੀ, ਨਾ ਕਹੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ। ਨਿਆਣੇ ਬੱਚੇ ਵਾਲੇ ਹੈ ਜੀ ਆਪਾਂ ਜੀ, ਬਾਕੀ ਸਰਕਾਰ ਨੂੰ ਹਾਂ ਟੈਕਸ ਦੇਣ ਦੇ, ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਈਆ ਟੈਕਸ ਜਾਂ ਦਿਆ ਜੀ। ਇਹਨਾਂ ਨੇ ਸਾਡੇ ਖਿਲਾਫ਼ ਇੰਨਾ ਤਗੜਾ ਕਾਨੂੰਨ ਬਣਾ ਕੇ ਸਾਡਾ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ। ਅੱਜ ਭਾਅ ਜੀ ਆਪਾਂ ਬਸ ਟਰੱਕ ਰੋਕੇ, ਅੱਜ ਤਾਂ ਹਜੇ ਟਰੱਕ ਹੀ ਰੋਕਣ ਦੇ ਆ, ਕੱਲ੍ਹ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ। ਹਰ ਡਰਾਈਵਰ ਵੀਰ ਨੂੰ ਕਹਾਂਗੇ ਵੀ ਨਾਲ ਹੋ ਕੇ ਸਾਡੇ ਖੜੋ, ਕੱਲ੍ਹ ਤੋਂ ਪੂਰਾ ਚੱਕਾ ਜਾਮ ਕਰਾਂਗੇ ਜੀ। ਸਰਬਜੀਤ ਸਿੰਘ ਜੀ, ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਾਮ ਕੀਤਾ, ਕਿਉਂ ਕੀਤਾ, ਕੀ ਕਾਰਨ? ਇਹ ਜੋ ਸਾਡੇ ਵਾਸਤੇ ਕਾਲੇ ਕਾਨੂੰਨ ਲਾਏ ਗਏ ਆ, ਇਹਨਾਂ ਨੇ ਲਾਗੂ ਕੀਤੇ BJP ਨੇ, ਅਸੀਂ ਉਹਦੇ ਵਾਸਤੇ ਵਿਰੋਧ ਕਰ ਰਹੇ ਹਾਂ ਸਾਰੇ ਡਰਾਈਵਰ ਏਕਤਾ। ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋ ਜਲਦੀ ਕੀਤਾ ਜਾਵੇ, ਨਹੀਂ ਤਾਂ ਅਸੀਂ ਇਹ ਤੋਂ ਵੱਡਾ ਧਰਨਾ ਲਾਵਾਂਗੇ। ਅਸੀਂ ਜੋ ਸਭ ਚੱਕੇ ਜਾਮ ਕੀਤੇ ਆ, ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ, ਕੋਈ ਕੱਚੇ ਮਾਲ ਵਾਲੀ, ਕੋਈ ਬਾਡੀ ਵਾਲੀ ਚੱਲੇ, ਕੋਈ ਨਹੀਂ ਗੱਡੀ ਜਾਏ, ਕੋਈ ਟਿੱਪਰ ਨਹੀਂ ਚੱਲੇਗੀ। ਇਹ ਕਰਕੇ ਡਰਾਈਵਰ ਕੋਈ ਡਰਾਈਵਰੀ ਨਹੀਂ ਕਰੇਗਾ ਜਿਨ੍ਹਾਂ ਦੇ ਕਾਨੂੰਨ ਰੱਦ ਨਹੀਂ ਕੀਤਾ ਜਾਏਗਾ। ਅੱਜ ਵੀ ਅਸੀਂ ਇਸੇ ਕਰਕੇ ਟਰੱਕ ਹੀ ਡੱਕਣ ਡਏ ਹਾਂ ਵੀ ਇਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ। ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋ ਜਲਦੀ ਜਿੰਨਾ ਸਰਕਾਰ ਨੂੰ ਰੱਦ ਕੀਤਾ ਜਾਵੇ। ਸਾਡੇ ਨਾਲ ਕੋਈ ਸਰਕਾਰ ਨਹੀਂ ਤੋੜਦੀ, ਜੋ ਨਾ ਸਾਨੂੰ ਆਮ ਦਾ ਕੋਈ ਮੈਸੇਜ ਆਇਆ, ਨਾ ਅਕਾਲੀਆਂ ਦਾ ਆਇਆ, ਨਾ ਕਾਂਗਰਸ ਦਾ ਆਇਆ। ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹਨਾਂ ਨੂੰ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ, ਜਿਹੜਾ ਇਹਨਾਂ ਨੇ ਕੋਈ ਸਾਥ ਨਹੀਂ ਦੇਣ ਦੇ ਸਾਡੇ, ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ੍ਹ ਵੋਟਾਂ ਨਹੀਂ ਲੈਣੀਆਂ। ਕਾਨੂੰਨ ਦੇ ਨਾਲ ਬਹੁਤ ਦਿਖਾਉਣਾ ਜੀ। ਦੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ, 5 ਲੱਖ ਜੁਰਮਾਨਾ ਵਾ। ਕਿਸੇ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ, ਕੋਈ 5 ਲੱਖ ਦੇਣ ਜੋਗਾ ਹੈਗਾ? 10 ਸਾਲ ਦੀ ਸਜ਼ਾ ਕੱਢ ਸਕਦਾ ਕੋਈ? ਇਹਨਾਂ ਦੇ ਘਰ ਦਾ ਚੁੱਲ੍ਹਾ ਕਿੱਥੋਂ ਚੱਲਣਾ? ਇਹਦੇ ਵਿੱਚ ਕਈ ਡਰਾਈਵਰ ਇੱਦਾਂ ਦੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲ੍ਹਾ ਵੀ ਨਹੀਂ ਬਲਦਾ, ਚੱਕਰ ਲਾ ਕੇ ਚੁੱਲ੍ਹਾ ਬਲਦਾ, ਰੋਟੀ ਚੱਕਰ ਲਾ ਕੇ ਖਾਂਦਾ ਉਹ, ਹੱਕ ਲਾਲ ਦੀ ਰੋਟੀ ਖਾਂਦੇ ਨੇ। ਅਤੇ ਫਿਰ ਕਿਹੜੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ?